ਫਿਲਮ ਬਹੁਤ ਸੋਹਣੀ ਕੀਤੀ ਪਰ ਚੰਗੀ ਨਹੀਂ ਕੀਤੀ। ਮੈਂ ਪੁੱਛਿਆ, ਮੈਂ ਕਿਹਾ ਐਕਟਿੰਗ? ਕਹਿੰਦੇ ਨਹੀਂ ਪਰ ਚੰਗੀ ਨਹੀਂ ਕੀਤੀ। ਕਹਿੰਦੇ ਇਹ ਮੈਂ ਦੱਸੂੰਗਾ ਨਹੀਂ ਮੈਂ ਕਿਉਂ ਨਹੀਂ ਚੰਗੀ ਕੀਤੀ ਕੀ ਨਹੀਂ ਕੀਤੀ, ਇਹ ਤੁਸੀਂ ਫਿਲਮ ਦੇਖ ਕੇ ਦੱਸੂਗੇ। ਮੈਂ ਉਹੀ ਕਹੂੰਗਾ ਕਿ ਫਿਲਮ ਦੇ ਵਿੱਚ ਨਾ ਜਿਵੇਂ ਜਿਹੜੇ ਜਿਹੜੇ ਚਿਹਰੇ ਨੇ ਚਿਹਰੇ ਦੇਖ ਕੇ ਨਹੀਂ ਵਾੜੇ ਗਏ, ਕੈਰੈਕਟਰ ਦੇਖ ਕੇ ਵਾੜੇ ਗਏ ਨੇ, ਔਰ ਜੈਨੂਇਨਲੀ ਫੀਲ ਹੁੰਦਾ ਭੀੜ ਨਹੀਂ ਇਕੱਠੀ ਕੀਤੀ। ਥੀਏਟਰ 'ਚ ਬੈਠਾ ਇੱਦਾਂ ਹੋ ਗਿਆ ਕਿ ਬਾਈ ਕੀ ਪਰਫਾਰਮ ਕਰ ਗਏ ਨੇ। ਬਿਲਕੁਲ, ਮਤਲਬ ਮੈਂ ਵੀ ਹੈਰਾਨ ਹੋ ਗਿਆ ਕਿ ਮਤਲਬ ਇਹ ਸੀ ਫਿਲਮ, ਇਸ ਫਿਲਮ ਦਾ ਮੈਂ ਪਾਰਟ ਹਾਂ। ਅਤੇ ਜਿਵੇਂ ਵਾਰਨਿੰਗ ਕੀਤਾ ਗਿਆ ਬੈਕ ਟੂ ਬੈਕ ਬੰਬ ਠਾ 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 ਠਾ, ਕਹਿੰਦੇ ਇਹ 'ਚ ਵੀ ਠਾ 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 ਕਰਕੇ ਹੀ ਆ, ਔਰ ਜੈਨੂਇਨਲੀ ਨਾ ਮਤਲਬ ਜਿਹੜਾ ਇਮੋਸ਼ਨ ਚੱਲਦਾ ਪਿਆ ਨਾ ਤੁਸੀਂ ਉਸ ਤੋਂ ਬਾਹਰ ਹੀ ਨਹੀਂ ਹੋ ਪਾਉਂਦੇ। ਔਰ ਅਮਰ ਬਾਈ ਨੂੰ ਵਾਰਨਿੰਗ ਟੂ ਬੱਬਰ ਯੈਂਕੀ ਤੋਂ ਬਾਅਦ ਇਹ ਵੀ ਕਰਦੇ ਦੇਖ ਲਿਆ। ਕੀ ਹਾਲ ਚਾਲ ਨੇ ਬਾਈ? ਬਹੁਤ ਹੀ ਵਧੀਆ ਜੀ, ਬਹੁਤ ਹੀ ਵਧੀਆ। ਫਿਲਮ ਦੇਖਣ ਤੋਂ ਬਾਅਦ ਹੋਰ ਵਧੀਆ ਅੱਛਾ ਫੀਲ ਹੋ ਰਿਹਾ। ਨਵੀਂ ਬਾਈ ਕਰੈਕਟਰ ਦੀ ਗੱਲ ਕਰਾਂ ਨਾ ਜੀ, ਬਹੁਤ ਸੋਹਣਾ ਬਾ ਕਮਾਲ ਐਂਟਰੀ ਤਾਂ, ਥੈਂਕ ਯੂ, ਮਤਲਬ ਕਿਆ ਬਾਤ ਹੈ। ਮਤਲਬ ਬਾਈ ਜੇ ਕਿਸੇ ਦੀ ਐਂਟਰੀ ਐਂਡ ਲੈਵਲ ਦੀ ਦਿਖੀ ਹੋਈ ਨਾ ਤਾਂ ਬਾਈ ਦੀ ਦਿਖੀ ਹੋਈ ਆ। ਤੁਹਾਨੂੰ ਗੱਡੀ ਪਸੰਦ ਆਈ? ਮੈਂ ਹੈਂ ਗੱਡੀ ਪਸੰਦ ਹੈ ਕਿ ਮੇਰੀ ਐਂਟਰੀ? ਨਹੀਂ, ਗੱਡੀ ਦੇ ਵਿੱਚੋਂ ਨਿਕਲਦੇ ਤੁਸੀਂ। ਹਾਏ, ਥੈਂਕ ਯੂ ਸੋ ਮਚ, ਬਸ ਇਹ ਵੱਡੇ ਭਰਾਵਾਂ ਦਾ ਥੋੜ੍ਹਾ ਪਿਆਰ ਹੁੰਦਾ। ਪਰ ਬਾਈ ਇੱਕ ਗੱਲ ਆ, ਤੁਸੀਂ ਫਿਲਮ ਬਹੁਤ ਸੋਹਣੀ ਕੀਤੀ ਪਰ ਚੰਗੀ ਨਹੀਂ ਕੀਤੀ। ਇਹ ਸਾਰੇ ਕਹੀ ਜਾਂਦੇ ਪਏ। ਮੈਂ ਪੁੱਛਿਆ, ਮੈਂ ਕਿਹਾ ਐਕਟਿੰਗ? ਕਹਿੰਦੇ ਨਹੀਂ ਪਰ ਚੰਗੀ ਨਹੀਂ ਕੀਤੀ। ਕਹਿੰਦੇ ਮਤਲਬ ਐਕਟਿੰਗ ਤਾਂ ਬਹੁਤ ਸੋਹਣੀ ਕੀਤੀ ਪਰ ਤੁਸੀਂ ਚੰਗੀ ਨਹੀਂ ਕੀਤੀ। ਉਹੀ ਸਾਰੇ ਕਹੀ ਜਾਂਦੇ ਪਏ ਨੇ, ਅਤੇ ਇਹ ਮੈਂ ਦੱਸੂੰਗਾ ਨਹੀਂ ਮੈਂ ਕਿਉਂ ਨਹੀਂ ਚੰਗੀ ਕੀਤੀ ਕੀ ਨਹੀਂ ਕੀਤੀ, ਇਹ ਤੁਸੀਂ ਫਿਲਮ ਦੇਖ ਕੇ ਦੱਸੂਗੇ ਕਿਉਂ ਨਹੀਂ ਚੰਗੀ ਕੀਤੀ। ਔਰ ਸਭ ਤੋਂ ਪਹਿਲੇ ਮੈਂ ਕਹਿਣਾ ਚਾਹੂੰਗਾ ਥੈਂਕਸ ਅਮਰ ਬਾਈ ਦਾ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਾਹਮਣੇ ਖੜ੍ਹਾ ਕੀਤਾ ਅਤੇ ਇੰਨੀ ਆਡੀਅੰਸ ਦੇ ਸਾਹਮਣੇ ਖੜ੍ਹਾ ਕੀਤਾ ਅਤੇ ਵੱਡੀ ਸਕਰੀਨ 'ਤੇ ਲੈ ਕੇ ਆਏ ਨੇ। ਅਤੇ ਮੈਂ ਉਹੀ ਕਹੂੰਗਾ ਕਿ ਫਿਲਮ ਦੇ ਵਿੱਚ ਨਾ ਜਿਵੇਂ ਜਿਹੜੇ ਜਿਹੜੇ ਚਿਹਰੇ ਨੇ ਚਿਹਰੇ ਦੇਖ ਕੇ ਨਹੀਂ ਵਾੜੇ ਗਏ, ਕੈਰੈਕਟਰ ਦੇਖ ਕੇ ਵਾੜੇ ਗਏ ਨੇ, ਔਰ ਜੈਨੂਇਨਲੀ ਫੀਲ ਹੁੰਦਾ ਭੀੜ ਨਹੀਂ ਇਕੱਠੀ ਕੀਤੀ। ਇੱਕ ਇੱਕ ਟਕਾ ਟਕਾ ਕੇ ਬੰਦਾ ਆਉਂਦਾ, ਔਰ ਤੁਸੀਂ ਮਤਲਬ ਜਦੋਂ ਰੋਂਦੇ ਹੋ ਤਾਂ ਤੁਹਾਡੇ ਰੋਣਾ ਇੱਦਾਂ ਹੁੰਦਾ ਗੂਸ ਬੰਬਸ ਆਉਂਦੇ, ਤਾਂ ਮਤਲਬ ਸਕਰੀਨ ਦੇ ਵਿੱਚ ਹੀ ਰਹੋਗੇ। ਔਰ ਤੁਹਾਨੂੰ ਵੀ ਵਧੀਆ ਫੀਲ ਹੋਇਆ? ਬਹੁਤ ਘੈਂਟ ਬਾਈ, ਮੈਂ ਨਾ ਐਕਚੁਲੀ ਫਿਲਮ ਨਾ ਸੋਚ ਕੇ ਕੁਛ ਹੋਰ ਤਰੀਕੇ ਨਾਲ ਆਇਆ ਸੀ, ਕਿਉਂਕਿ ਜਦ ਆਪਾਂ ਟ੍ਰੇਲਰ ਦੇਖਦੇ ਹਾਂ ਨਾ ਟ੍ਰੇਲਰ ਦੇ ਵਿੱਚ ਕੁਛ ਨਹੀਂ ਆ ਉੱਦਾਂ ਦਾ ਜੋ ਫਿਲਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣ ਵਾਲਾ। ਸੋ ਇਹ ਆਡੀਅੰਸ ਲਈ ਵੀ ਇੱਕ ਮਤਲਬ ਮੈਂ ਪਲੱਸ ਪੁਆਇੰਟ ਕਹੂੰਗਾ ਕਿ ਉਹਨਾਂ ਨੂੰ ਨਹੀਂ ਪਤਾ ਫਿਲਹਾਲ ਜਿਹਨੇ ਨਹੀਂ ਦੇਖਿਆ ਹੈ ਤੱਕ ਕਿ ਫਿਲਮ ਦੇ ਵਿੱਚ ਨੂੰ ਬਹੁਤ ਕੁਝ ਦੇਖਣ ਨੂੰ ਮਿਲ ਸਕਦਾ। ਟ੍ਰੇਲਰ ਦੇਖ ਕੇ ਸਿਰਫ ਇਹ ਨਾ ਸੋਚ ਕੇ ਜਾਏ ਕਿ ਫਿਲਮ ਸਿਰਫ ਕਾਮੇਡੀ ਜਾਂ ਸਿਰਫ ਰੋਮਾਂਟਿਕ ਹੋਣ ਵਾਲੀ। ਔਰ ਤੁਸੀਂ ਪਲੀਜ਼ ਇੱਕ ਜੈਨੂਇਨ ਰਿਵਿਊ ਦਈਓ, ਝੂਠਾ ਨਹੀਂ, ਸੱਚੀ ਗੱਲ ਕਹੀਓ ਕਿ ਫਿਲਮ ਦੇਖਣ ਵਾਲੀ ਹੈ ਕਿ ਜੇ ਪੱਕੀ ਦੇਖਣ ਵਾਲੀ ਹੈ। ਪੱਕੀ ਦੇਖਣ ਵਾਲੀ ਹੈ ਬਿਲਕੁਲ। ਅਤੇ ਜੈਨੂਇਨਲੀ ਮਤਲਬ ਮੈਂ ਜਦੋਂ ਸਕ੍ਰਿਪਟ ਪੜ੍ਹੀ, ਜਿੰਨਾ ਪੋਰਸ਼ਨ ਮੈਂ ਸ਼ੂਟ ਕੀਤਾ ਸਾਰਾ ਇਹ ਵੋ, ਮਤਲਬ ਠੀਕ ਹੈ ਹੁਣ ਜਿਹੜੇ ਫੁਰਤੀਲੇ ਅਤੇ ਨੂਰ ਦੇ ਸੀਨਸ ਹੈ ਉਸ ਟਾਈਮ 'ਤੇ ਮੈਂ ਨਹੀਂ ਸੀਗਾ, ਮੈਂ ਮਤਲਬ ਜਸੀ ਬਿਨ ਪ੍ਰਮੋਸ਼ਨਸ 'ਤੇ ਵੀ ਜਦੋਂ ਗਏ ਹਾਂ ਸਭ ਕੁਛ, ਮਤਲਬ ਮੈਂ ਥੀਏਟਰ 'ਚ ਬੈਠਾ ਇੱਦਾਂ ਹੋ ਗਿਆ ਕਿ ਬਾਈ ਕੀ ਪਰਫੋਰਮ ਕਰ ਗਏ ਨੇ। ਬਿਲਕੁਲ, ਮਤਲਬ ਮੈਂ ਵੀ ਹੈਰਾਨ ਹੋ ਗਿਆ ਕਿ ਮਤਲਬ ਇਹ ਸੀ ਫਿਲਮ, ਇਸ ਫਿਲਮ ਦਾ ਮੈਂ ਪਾਰਟ ਹਾਂ। ਮੈਨੂੰ ਹੋਰ ਗ੍ਰੈਟੀਟਿਊਡ ਫੀਲ ਹੋਇਆ, ਹੋਰ ਥੈਂਕਫੁਲ ਫੀਲ ਹੋਇਆ ਕਿ ਮੈਂ ਇਸ ਫਿਲਮ ਦੇ ਵਿੱਚ ਫਿਲਮ ਦੇਖਣ ਤੋਂ ਬਾਅਦ ਜੈਨੂਇਨਲੀ। ਜ਼ਰੂਰੀ ਵੀ ਆ ਬਾਈ, ਕਿਉਂਕਿ ਜਿਸ ਜਿਹੜੇ ਜਿਹੜੇ ਆਪਾਂ ਕਹਿ ਲਈਏ ਕਿ ਸਮਾਜਿਕ ਤੌਰ 'ਤੇ ਚੀਜ਼ਾਂ ਆਪਾਂ ਆਪ ਇਸ ਟਾਈਮ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਬਿਆਨ ਕਰਦੀ ਆ ਫਿਲਮ, ਬਹੁਤ ਚੰਗੇ ਤਰੀਕੇ ਨਾਲ ਦੱਸਦੀ ਆ, ਅਤੇ ਮੇਰੇ ਖਿਆਲ ਨਾਲ ਇਹ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ ਲੋਕਾਂ 'ਚ ਅਵੇਅਰਨੈਸ ਲੈ ਕੇ ਆਉਣ ਦਾ। ਔਰ ਵਾਰੀ ਵਾਰੀ ਕੋਈ ਨਾ ਕੋਈ ਮੈਸੇਜ ਹੈਗਾ ਕੁਛ ਹੈਗਾ, ਆਹ ਨਹੀਂ ਕਿ ਧਾਰਮਿਕ ਫਿਲਮ ਆ ਤਾਂ ਹੀ ਮੈਸੇਜ ਹੈ, ਇਹਦੇ ਵਿੱਚ ਵੀ ਜੈਨੂਇਨਲੀ ਹਰ ਚੀਜ਼ ਨੂੰ ਕਲੈਰੀਫਾਈ ਕਰਕੇ ਸਮਝਾਇਆ ਗਿਆ, ਔਰ ਬਹੁਤ ਹੀ ਖੂਬਸੂਰਤੀ ਨਾਲ। ਮਤਲਬ ਅਮਰ ਬਾਈ ਦੀ ਡਾਇਰੈਕਸ਼ਨ ਤਾਂ ਆਪਾਂ ਵੈਸੇ ਵੀ ਕਦੀ ਨਹੀਂ ਕਹਿ ਸਕਦੇ, ਕਿਉਂਕਿ ਜਦੋਂ ਵਾਰਨਿੰਗ ਦੇਖੀ ਸੀ ਆਪਾਂ ਨੂੰ ਹੁੰਦਾ ਸੀ ਯਾਰ ਬਾਈ ਨਾਲ ਕਦੀ ਕੰਮ ਕਰਾਂਗੇ, ਠੀਕ ਹੈ, ਅਤੇ ਅੱਜ ਕੀਤਾ ਅਤੇ ਅੱਜ ਫੀਲ ਹੋ ਰਿਹਾ ਕਿ ਨਹੀਂ ਯਾਰ ਇਸ ਬੰਦੇ ਨੂੰ ਕਰਾਉਣਾ ਵੀ ਆਉਂਦਾ, ਵਿਜ਼ਨ ਹੈ ਇੱਕ, ਅਤੇ ਕੰਪਲੀਟਲੀ 100% ਪਤਾ ਕਿ ਕੀ ਕਰਨਾ, ਆਹ ਨਹੀਂ ਕਿ ਹਵਾ 'ਚ ਤੀਰ ਨੇ 100%। ਐਂਡ ਸੈਕਿੰਡਲੀ ਫਿਲਮ ਬਹੁਤ ਜ਼ਿਆਦਾ ਲੈਂਥੀ ਨਹੀਂ ਹੈ, ਕੱਟ ਟੂ ਕੱਟ ਜੋ ਚੀਜ਼ ਜਿੰਨੀ ਕੁ ਚਾਹੀਦੀ ਉਹਨੇ ਇੱਕ ਕੱਟ ਦੇ ਵਿੱਚ ਖਤਮ ਹੈ। ਮੈਂ ਹੁਣੇ ਨਾ ਅਮਰ ਬਾਈ ਇੰਟਰਵਿਊ ਤੋਂ ਪਹਿਲੇ ਗੱਲ ਉਹੀ ਕਰਦੇ ਪਏ ਸੀਗੇ, ਕਹਿੰਦੇ ਮੂਵੀ ਅਰਾਊਂਡ 2 ਘੰਟੇ ਦੀ ਹੋਏਗੀ, ਅਤੇ ਕਹਿੰਦੇ ਹਾਂ ਬਿਲਕੁਲ, ਅਤੇ ਕਹਿੰਦੇ ਮਤਲਬ ਬਹੁਤ ਖਿੱਚੀ ਨਹੀਂ ਹੋਈ, ਕਹਿੰਦੇ ਜਿਵੇਂ ਵਾਰਨਿੰਗ ਕੀਤਾ ਗਿਆ ਬੈਕ ਟੂ ਬੈਕ ਬੰਬ ਠਾ 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 ਠਾ, ਕਹਿੰਦੇ ਇਹ 'ਚ ਵੀ ਠਾ 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 ਕਰਕੇ ਹੀ ਆ, ਔਰ ਜੈਨੂਇਨਲੀ ਨਾ ਮਤਲਬ ਜਿਹੜਾ ਇਮੋਸ਼ਨ ਚੱਲਦਾ ਪਿਆ ਨਾ ਤੁਸੀਂ ਉਸ ਤੋਂ ਬਾਹਰ ਹੀ ਨਹੀਂ ਹੋ ਪਾਉਂਦੇ। ਐਂਡ ਸੈਕਿੰਡਲੀ ਹਲੇ ਉਹ ਤੋਂ ਬਾਹਰ ਨਹੀਂ ਹੋ ਜਾਂਦੇ, ਐਂਡ ਸੈਕਿੰਡਲੀ ਦੂਜਾ ਇਮੋਸ਼ਨ ਕੈਰੀ ਔਨ ਹੋ ਜਾਂਦਾ ਆ, ਔਰ ਉਹਨਾਂ ਨੇ ਕਿੰਨਾ ਸਮੂਥਲੀ ਬਾਕੀ ਚੀਜ਼ਾਂ 'ਚ ਪਾਇਆ, ਔਰ ਤੁਸੀਂ ਢਲਦੇ ਵੀ ਹੋ। ਇੱਕ ਹੁੰਦਾ ਨਾ ਕਿ ਫਿਲਮ 2 ਘੰਟੇ ਦੀ ਹੋਏ ਅਤੇ ਮਤਲਬ ਕਈ ਵਾਰੀ ਹੁੰਦਾ ਕਿ ਬਾਹਲੀ ਤੇਜ਼, ਮੈਂ ਕਹਿੰਦਾ ਖਤਮ ਹੋ ਜਾਂਦੀ ਤੁਸੀਂ, ਐਂਡ ਜਿਹੜਾ ਇਮੋਸ਼ਨ ਹੈਗਾ ਉਹ 'ਚ ਰਹੇ ਨੇ ਨਾਲ ਲੈ ਕੇ ਆਉਂਦਾ ਬੰਦਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਅਮਰ ਬਾਈ ਨੂੰ ਵਾਰਨਿੰਗ ਟੂ ਬੱਬਰ ਯੈਂਕੀ ਤੋਂ ਬਾਅਦ ਇਹ ਵੀ ਕਰਦੇ ਦੇਖ ਲਿਆ, ਰੋਮਾਂਟਿਕ ਫਿਲਮ ਤੇ ਐਂਡ ਉਸ ਤਰੀਕੇ ਦਾ ਨਾ। ਔਰ ਬਾਈ ਚਲੋ ਹਾਸੇ ਮਜ਼ਾਕ 'ਚ ਕਹਿੰਦੇ ਮੈਂ ਤਾਂ ਐਕਸਪੈਰੀਮੈਂਟ ਕੀਤਾ, ਇਹ ਕੀਤਾ ਵੋ ਕੀਤਾ, ਪਰ ਬਾਈ ਦੀ ਬਹੁਤ ਮਿਹਨਤ ਆ, ਬਾਈ ਦਾ ਹੋਮਵਰਕ ਆ, ਬਾਈ ਤਾਂ ਕਹਿੰਦੇ ਵੀ ਕਿ ਹਾਂ ਜਾ ਕੇ ਦੇਖੋ ਕਿੱਦਾਂ ਦੀ ਤੁਸੀਂ ਦੱਸੋ। ਮੈਂ ਕਹੂੰਗਾ, ਮੈਂ ਦੱਸਦਾ
ਜ਼ਰੂਰ ਦੇਖੋ ਠੀਕ ਹੈ ਮੇਰੀ ਮੈਂ ਫਿਲਮ ਦੇ ਵਿੱਚ ਹਾਂ ਉਸ ਕਰਕੇ ਨਹੀਂ ਅਮਰ ਬਾਈ ਦੀ ਫਿਲਮ ਹੈ ਇਸ ਕਰਕੇ ਔਰ ਜੱਸੀ ਬਾਈ ਨੇ ਜੋ ਨਿਭਾਇਆ ਅਮਾਇਰਾ ਨੇ ਜੋ ਨਿਭਾਇਆ ਉਸ ਕਰਕੇ ਚਲੋ ਇਹ ਤਾਂ ਫਿਰ ਬਾਈ ਆਪਦੀ ਤਰੀਕੇ ਵਾਪ ਕਰਨਾ ਨਹੀਂ ਚਾਹੁੰਦੇ ਪਰ ਸੱਚੀ ਬਾਈ ਨੇ ਬਹੁਤ ਸੋਹਣਾ ਕਰੈਕਟਰ ਪਲੇਅ ਕੀਤਾ ਯਾਰ ਐਂਡ ਬਹੁਤ ਸਾਰੀਆਂ ਬੈਸਟ ਵਿਸ਼ਿਜ਼ ਬਾਈ ਤੁਹਾਡੇ ਫਿਊਚਰ ਲਈ ਵੀ ਐਂਡ ਫੁਰਤੀਲੇ ਲਈ ਵੀ ਬਹੁਤ ਬਹੁਤ ਕੰਗਰੈਚੁਲੇਸ਼ਨ ਐਂਡ ਬਹੁਤ ਬਹੁਤ ਸਾਰੀਆਂ ਬੈਸਟ ਵਿਸ਼ਿਜ਼ ਥੈਂਕ ਯੂ ਬਾਈ ਪਰ ਚੰਗੀ ਨਹੀਂ ਕੀਤੀ ਇਹ ਤੁਸੀਂ ਦੇਖਿਓ ਕਿਉਂ ਨਹੀਂ ਕੀਤੀ ਥੈਂਕ ਯੂ ਬਾਈ ਥੈਂਕ ਯੂ